ਸਾਨੂੰ ਬਹੁਤ ਵਧੀਆ ਖੁਸ਼ੀ ਹੋਈ ਹੈ ਜੀ, ਸਾਡਾ ਪਹਿਲੀ ਵਾਰ ਨਾਮ ਨਿਕਲਿਆ ਜੀ। ਅੱਗੇ ਵੀ ਲਾਟਰੀ ਕਾਫੀ ਵਾਰ ਪਾਈ ਹੈ ਜੀ, ਅਤੇ ਅੱਗੇ ਕੋਈ ਡਰਾ ਨਹੀਂ ਨਿਕਲਿਆ ਸਾ, ਪਰ ਐਤਕੀ ਸਾਡਾ ਨੰਬਰ ਲੱਗ ਗਿਆ। ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਸਾਰਿਆਂ ਨੂੰ। ਕਦੋਂ ਪਾਈ ਸੀਗੀ ਲੋਟਰੀ ਇਹ, ਕਿਸੋਂ ਪਾਈ ਸੀ? ਇਹ ਬਾਘੇ ਪੁਰਾਣੀ ਪਾਈ ਸੀ ਜੀ, ਮੈਂ 1 ਤਰੀਕ ਨੂੰ ਪਾਈ ਸੀਗੀ ਜੀ, ਅਤੇ 5 ਤਰੀਕ ਦਾ ਸ਼ਾਮ ਦਾ 6:30 ਵਜੇ ਦਾ ਰਿਜ਼ਲਟ ਸੀਗਾ ਜੀ ਇਹਦਾ। ਅਤੇ ਕੱਲ੍ਹ ਸ਼ਾਮੀ ਮੈਨੂੰ ਫੋਨ ਆਇਆ ਵੀ ਆਪ ਤੁਹਾਡਾ ਨੰਬਰ ਲੱਗ ਗਿਆ ਜੀ। ਸਾਨੂੰ ਯਕੀਨ ਜਿਹਾ ਨਹੀਂ ਹੋਇਆ ਜੀ, ਸਾਰਿਆਂ ਨੂੰ ਵੀ ਇੱਥੇ ਇਕੱਠੀ ਬੈਠੇ ਸੀਗੇ ਜੀ ਘਰ ਵੀ ਇਸ ਤਰ੍ਹਾਂ ਵੀ ਸਾਡਾ ਨੰਬਰ ਲੱਗ ਗਿਆ। ਅਤੇ ਉਹਨਾਂ ਨੇ ਇੱਕ ਪਰੂਫ ਜਿਹਾ ਭੇਜਿਆ ਸਾਨੂੰ, ਫਿਰ ਵੀ ਯਕੀਨ ਨਹੀਂ ਹੋਇਆ ਵੀ ਜਿੰਨਾ ਚਿਰ ਰਿਜ਼ਲਟ ਨਹੀਂ ਆਇਆ। ਅਤੇ ਜਦੋਂ ਉਹਨਾਂ ਨੇ ਰਿਜ਼ਲਟ ਦੀ ਫੋਟੋ ਭੇਜੀ ਅਤੇ ਅਸੀਂ ਚੈੱਕ ਕਰਾਏ, ਨੰਬਰ ਮਿਲਾਇਆ ਅਤੇ ਸਾਡਾ ਹੀ ਨੰਬਰ ਮਿਲ ਗਿਆ, ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ। ਟਾਈਗਰ ਰੋਡ ਦੀ ਅਮਾਊਂਟ ਜਿਹੜੀ ਬਹੁਤ ਵੱਡੀ ਹੁੰਦੀ ਆ, ਕੀ ਸੋਚਿਆ ਵੀ ਇਸ ਦੇ ਹੁਣ ਕੀ ਅੱਗੇ? ਦੇਖੋ ਜੀ, ਸਾਡੀ ਤਾਂ ਜੋ ਨੰਘ ਹੀ ਇਹੋ ਜੀ, ਆਉਣ ਵਾਲੇ ਬੱਚਿਆਂ ਦੀ ਅਸੀਂ ਵਧੀਆ ਭਵਿੱਖ ਬਣਾਵਾਂਗੇ, ਕੋਈ ਬਿਜ਼ਨਸ ਵਧੀਆ ਚਲਾਵਾਂਗੇ ਜੀ, ਅਤੇ ਜੋ ਵੀ ਮਦਦ ਕਿਸੇ ਦੀ ਹੁੰਦੀ ਮਾੜੀ ਮੋਟੀ ਜਿੰਨੀ ਵੀ ਹੁੰਦੀ ਅਸੀਂ ਵੱਧ ਤੋਂ ਵੱਧ ਕਰਾਂਗੇ ਜੀ। ਮੈਂ ਐਲਮੀਨੀਅਮ ਦਾ ਕੰਮ ਕਰਦਾ ਜੀ, ਜੋੜੀਆਂ ਦਾ ਕੰਮ ਹੈ ਤਾਂ ਜੀ ਮੇਰਾ ਆਪਦਾ ਹੀ ਆ, ਪਰ ਹੈ ਦਿਹਾੜੀ ਵਾਲਾ ਕੰਮ ਹੀ ਆ ਜੀ। ਘਰ ਦੇ ਵਿੱਚ ਕੌਣ ਕੌਣ? ਘਰ ਦੇ ਵਿੱਚ ਮੈਂ ਅਤੇ ਮੇਰੀ ਵਾਈਫ ਅਤੇ ਮੇਰਾ ਬੇਟਾ ਜੀ। ਮਦਰ ਫਾਦਰ ਤੁਹਾਡੇ? ਉਹ ਜੀ ਮੇਰੇ ਨਾਲ ਵੱਖ ਰਹਿੰਦੇ ਆ ਜੀ, ਅਤੇ ਸ਼ੁਰੂ ਤੋਂ ਹੁਣ ਨੂੰ 10 ਸਾਲ ਹੋਏ ਕਵੀ ਉਹਨਾਂ ਨਾਲ ਵੱਖ ਹੋਇਆ ਨੂੰ ਜੀ, ਅਤੇ ਕਵੀ ਉਹਨਾਂ ਦਾ ਫੋਨ ਨਹੀਂ ਆਇਆ ਹੈਗਾ। ਘਰ ਦੇ ਹਾਲਾਤ ਵੀ ਠੀਕ ਹੈ, ਕਿਸ ਤਰ੍ਹਾਂ ਦੀ ਖੁਸ਼ੀ ਹੋ ਰਹੀ ਹੈ? ਘਰ ਦੇ ਹਾਲਾਤ ਤਾਂ ਜੀ ਸਾਡੇ ਬਸ ਬਹੁਤ ਬੁਰੇ ਸੀਗੇ, ਹੁਣ ਸਾਨੂੰ ਥੋੜ੍ਹਾ ਹੌਂਸਲਾ ਹੋਇਆ ਵੀ ਚਲੋ ਦੇਣਾ ਲੈਣਾ ਵੀ ਉੱਤੋਂ ਜੀ ਦਾ ਦੇਣਾ ਹੈਗਾ ਸੀ। ਕਿੰਨਾ ਕਰਜ਼ਾ ਸੀਗਾ? ਮੇਰੇ ਸਹਿਤ ਸੀਗਾ ਜੀ, 3-4 ਲੱਖ ਰੁਪਇਆ ਕਰਜ਼ਾ ਸੀਗਾ ਜੀ। ਇੱਕ ਮਿੰਟ 'ਚ ਹੀ ਲੈ ਜੂਗਾ ਅਤੇ ਜਮਾ ਟੈਨਸ਼ਨ ਫ੍ਰੀ ਹੋ ਜੂ? ਹਾਂਜੀ, ਵੈਸੇ ਜੀ ਹੁਣ ਲੱਗਦਾ ਜੀ ਟੈਨਸ਼ਨ ਫ੍ਰੀ ਹੋ ਜਾਵਾਂਗੇ ਜੀ, ਪਹਿਲਾਂ ਤਾਂ ਹੀ ਲੱਗੀ ਜਾਂਦਾ ਸੀ ਵੀ ਲਾਵਾਂਗੇ ਕਿਵੇਂ ਇਹਨੂੰ ਜੀ, ਪਹਿਲਾਂ ਤਾਂ ਦਿਨ ਪੋ ਰਾਤ ਉਹੀ ਵੱਢ ਵੱਢ ਖਾਈ ਜਾਂਦਾ ਸੀਗਾ ਜੀ। ਕਿਹੜੀ ਲਾਟਰੀ ਪਾਈ ਸੀ ਤੁਸੀਂ? ਇਹ ਆਪਣਾ ਨਾਗਾਲੈਂਡ ਸੀ। ਕਿੰਨੇ ਰੁਪਏ ਲਾਟਰੀ ਸੀ? ਇਹ 500 ਰੁਪਏ ਦੀ ਸੀਗੀ ਜੀ। ਇੱਕ ਹੀ ਪਾਈ ਸੀ? ਹਾਂਜੀ ਜੀ, 2 ਪਾਈਆਂ ਸੀਗੀਆਂ ਜੀ, ਅਤੇ ਉਸ ਤੋਂ ਪਹਿਲਾਂ ਇੱਕ ਮੈਂ ਹੋਰ ਪਾਈਆਂ ਸੀ, ਉਹਦਾ ਮੈਨੂੰ 2000 ਰੁਪਇਆ ਨਾਮ ਆਇਆ ਸੀਗਾ ਜੀ, ਅਤੇ ਉਹਦਾ ਮੈਂ 2000 ਰੁਪਈਏ ਦੇ ਵਿੱਚੋਂ 1-2 ਲਾਟਰੀਆਂ ਪਾਤੀਆਂ। ਪਹਿਲਾਂ ਮੈਂ ਸੋਚਿਆ ਵੀ ਦੁਕਾਨ ਦਾ ਕਿਰਾਇਆ ਦੇ ਦੂੰਗਾ, ਮੈਂ ਹਾਂ ਵੀ 2400 ਰੁਪਇਆ ਬਣਦਾ ਪਿਆ ਜੀ, ਫਿਰ ਮੈਂ ਕਿਹਾ ਚੱਲ 2 ਲਾਟਰੀਆਂ ਪਾ ਦਿੰਦਾ ਜੀ, ਕੋਈ ਤਾਂ ਨੰਬਰ ਕਿਤੇ ਕਿਸਮਤ ਦਾ ਜਾਗੂ ਜੀ। ਪਰ ਉਹਨਾਂ ਦੇ ਵਿੱਚੋਂ ਜੀ ਦੋਨਾਂ 'ਚੋਂ 1 ਨੰਬਰ ਲੱਗ ਗਿਆ ਜੀ, 1 ਤਰੀਕ ਨੂੰ ਪਾਈ ਸੀ, 5 ਤਰੀਕ ਨੂੰ ਰਿਜ਼ਲਟ ਆਇਆ ਜੀ, ਬਹੁਤ ਵਧੀਆ ਰਿਜ਼ਲਟ ਆਇਆ ਜੀ ਉਹਦਾ। ਮੈਂ ਰੇਸ਼ਮਾ ਰਾਣੀ ਦੀ ਸਿਸਟਰ ਹਾਂ ਅਤੇ ਰਿੰਕੂ ਮੇਰਾ ਜੀਜਾ ਹੈ ਜੀ। ਜੀਜਾ ਜੀ ਦੀ ਅੱਜ ਲਾਟਰੀ ਨਿਕਲੀ ਆ, ਅਤੇ ਕੀ ਕਹਿਣਾ ਚਾਹੋਗੇ? ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਕਿੱਥੇ ਤਾਂ ਇਹਨਾਂ ਦੇ ਸਿਰ 'ਤੇ ਛੱਤ ਵੀ ਹੈ ਨਹੀਂ ਸੀਗੀ, ਇੱਕ ਬਹੁਤ ਕਿਰਾਏ 'ਤੇ ਕਮਰੇ 'ਤੇ ਰਹਿੰਦੇ ਸੀਗੇ ਇਹ, ਕੋਈ ਘਰ ਕੋਈ ਬਾਹਰ ਕੁਛ ਵੀ ਨਹੀਂ ਸੀਗਾ। ਹੌਲੀ ਹੌਲੀ ਅਸੀਂ ਇਹਨਾਂ ਨੂੰ ਇੱਥੇ ਲਿਆਂਦਾ, ਪੈਸੇ ਸਾਰਿਆਂ ਨੇ ਮਦਦ ਕਰਕੇ ਇੱਕ ਛੋਟਾ ਜਿਹਾ ਪਲਾਟ ਲਿਆ, ਉਹਦਾ ਵੀ 4-5 ਲੱਖ ਰੁਪਇਆ ਸਿਰ ਚੜ੍ਹ ਗਿਆ ਸੀਗਾ। ਸੁਬਹਾ ਸ਼ਾਮ ਨਿੱਤ ਹਰ ਰੋਜ਼ ਕੋਈ ਨਾ ਕੋਈ ਮੰਗਣ ਵਾਲਾ ਆਉਂਦਾ ਸੀਗਾ ਜੀ, ਸਾਡੇ ਦਿਮਾਗ 'ਤੇ ਬਹੁਤ ਲੋਡ ਸੀਗਾ ਵੀ ਅਸੀਂ ਕਿਵੇਂ ਲਾਵਾਂਗੇ ਇਹ ਕਰਜ਼ਾ, ਨਾ ਕਿ ਉਹ ਘਰ ਦੇ ਵਿੱਚ ਰਹਿੰਦੇ ਵੀ ਨਹੀਂ ਸੀ ਹਲੇ, ਪੁਰਾਣੀਆਂ ਟੈਲ ਬੱਤਾਂ ਲੈ ਕੇ ਬਣਾਇਆ ਸੀਗਾ। ਇਸੇ ਕਰਕੇ ਮੇਰੀ ਮੰਮੀ ਡੈਡੀ ਕੇ ਘਰ ਰਹਿੰਦੇ ਸੀਗੇ ਵਿਚਾਰੇ, ਅਤੇ ਮੇਰੀ ਭੈਣ ਮੈਂ ਕੱਪੜਿਆਂ ਵਾਲੀ ਦੁਕਾਨ 'ਤੇ ਲਾਤੀ ਸੀਗੀ, ਨਿੱਕਾ ਜਿਹਾ ਬੇਟਾ 2.5-3 ਸਾਲ ਦਾ ਜਿਹਨੂੰ ਬਗੈਰ ਦੁੱਧ ਤੋਂ ਪਲਿਆ ਜੀ ਵਿਚਾਰਾ, ਉਹ ਮੇਰਾ ਭਾਣਜਾ। ਅੱਜ ਮੇਰੇ ਸਾਨੂੰ ਲਾਟਰੀ ਨਿਕਲੀ ਹੈ, ਬਹੁਤ ਜ਼ਿਆਦਾ ਖੁਸ਼ੀ ਹੈ ਜੀ। ਪਰਮਾਤਮਾ ਇਹੋ ਜੀ ਖੁਸ਼ੀ ਹਰ ਗਰੀਬ ਪਰਿਵਾਰ ਦੇ ਵਿੱਚ ਆਵੇ, ਹਰ ਦਾ ਵਿਸ਼ਵਾਸ ਉੱਚਾ ਹੋਵੇ। ਪਰਮਾਤਮਾ ਦਾ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ, ਬਹੁਤ ਜ਼ਿਆਦਾ। ਇਹਦੇ ਨਾਲ ਮੇਰਾ ਭਣੋਈਏ ਨੂੰ ਕੋਈ ਵਧੀਆ ਬਿਜ਼ਨਸ ਚਲਾਵਾਂਗੇ, ਸਾਰੇ ਭੈਣ ਭਰਾ ਵਧੀਆ ਰਲ ਕੇ ਕੰਮ ਕਰਾਂਗੇ ਜੀ ਅਸੀਂ। ਮੈਨੂੰ ਵੀ ਬਹੁਤ ਖੁਸ਼ੀ ਹੋਈ, ਮੈਨੂੰ ਪਤਾ ਵੀ ਨਹੀਂ ਸੀ ਵੈਸੇ ਇਹਨਾਂ ਨੇ ਲੋਟਰੀ ਪਾਈ ਦੀ ਆ, ਪਰ ਜੇ ਨਿਕਲੀ ਉਹਦੀ ਪਤਾ ਲੱਗਿਆ, ਫਿਰ ਵੀ ਨਹੀਂ ਘਰੇ ਨਹੀਂ ਦੱਸਿਆ ਸੀ। ਕਿੰਨਾ ਚਿਰ ਹੋ ਗਿਆ? ਇਹਨਾਂ ਨੂੰ ਤਾਂ ਬਹੁਤ ਟਾਈਮ ਹੋ ਗਿਆ ਵੈਸੇ ਲੋਟਰੀ ਪਾਉਂਦਿਆਂ ਨੂੰ, ਥੋੜ੍ਹੇ ਦਿਨ ਪਹਿਲਾਂ ਵੀ ਇਹਨਾਂ ਨੂੰ 2000 ਰੁਪਏ ਦੀ ਨਿਕਲੀ ਸੀ, ਅਤੇ ਉਹਨਾਂ ਦੀ ਇਹਨਾਂ ਨੇ ਪਾਈ ਸੀ, ਮਤਲਬ ਕਿ 2 ਲੋਟਰੀਆਂ ਹੋਰ ਪਾਤੀਆਂ ਸੀ, ਉਹਨਾਂ 'ਚ ਇੱਕ ਹੁਣ ਫਿਰ ਨਿਕਲਿਆ ਜੀ। ਘਰੇ ਕੌਣ ਕੌਣ? ਘਰੇ ਜੀ ਅਸੀਂ ਵੈਸੇ ਤਾਂ 3 ਜਣੇ ਹੀ ਹਾਂ, ਮੈਂ ਅਤੇ ਮੇਰਾ ਹਸਬੈਂਡ ਅਤੇ ਮੇਰਾ ਬੇਟਾ, ਵੈਸੇ ਮੈਂ ਅਸੀਂ ਮੇਰੀ ਮੰਮੀ ਹੋਣਾਂ ਨਾਲ ਰਹਿੰਦੇ ਸੀ। ਅਤੇ ਕੀ ਕਹਿਣਾ, 2.5 ਕਰੋੜ ਦੀ ਅਮਾਊਂਟ ਜਿਹੜੀ ਬਹੁਤ ਵੱਡੀ ਹੁੰਦੀ ਹੈ, ਕੀ ਇਹਦਾ ਸੋਚਿਆ ਕੀ ਕਰਾਂਗੇ? ਬਹੁਤ ਕੁਛ, ਮਤਲਬ ਕਿ ਬੱਚਿਆਂ ਦੀ ਮਤਲਬ ਪਰਵਰਿਸ਼ ਕਰਾਂਗੇ ਵਧੀਆ, ਆਪ ਤਾਂ ਜਿਵੇਂ ਨੰਗ ਹੀ ਨੌਕਰੀ ਨੁਕਰੀ ਬਹੁਤ ਦੇਖੀ ਨਹੀਂ ਮਿਲੀ, ਫਿਰ ਸਭ ਕੁਛ ਛੱਡ ਕੇ ਮੈਂ ਤਾਂ ਕੱਪੜਿਆਂ ਵਾਲੀ ਦੁਕਾਨ 'ਤੇ ਲੱਗ ਗਈ ਸੀਗੀ, ਕਰਜ਼ਾ ਲਾਉਣਾ ਲੋਕਾਂ ਦਾ ਜੀ। ਕਿੰਨਾ ਕਰਜ਼ਾ? ਕਿੰਨਾ ਸੀ? 4-5 ਲੱਖ ਦਾ ਸੀ। ਹੁਣ ਵੀ ਕੰਟੀਨਿਊ ਰੱਖੋਗੇ ਆਪਦਾ ਉੱਥੇ ਜਾਣਾ? ਹਾਂਜੀ, ਉਵੇਂ ਜਾਊਂਗੀ ਜੀ ਕੰਮ 'ਤੇ ਤਾਂ।